ਅੱਜ ਅਸੀਂ ਬਰਥਡੇ ਵਿਸ਼ਿਸ਼ ਦੇਣੀਆਂ ਨੇ ਜੀ ਰੋਜ਼ਲੀਨ ਸੈਂਡਲਸ, ਯਾਨੀ ਕਿ ਸਾਡੀ ਗੁਲਾਬੀ ਕੁਈਨ ਜੈਸਮਿਨ ਸੈਂਡਲਸ ਦੇ ਯੰਗਰ ਸਿਸਟਰ ਨੂੰ। ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਨਾਲ ਹੀ ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਉਹ ਆਪਣੇ ਸੁਪਨਿਆਂ ਨੂੰ ਜਲਦੀ ਹੀ ਪੂਰਾ ਕਰ ਲੈਣ ਅਤੇ ਖੂਬ ਤਰੱਕੀਆਂ ਕਰਨ। ਹੁਣ ਅਸੀਂ ਗੱਲ ਕਰਦੇ ਹਾਂ ਜੀ ਉਹਨਾਂ ਦੇ ਬਰਥਡੇ ਸੈਲੀਬ੍ਰੇਸ਼ਨ ਦੀ। ਜੀ ਹਾਂ, ਰੋਜ਼ਲੀਨ ਸੈਂਡਲਸ ਅਤੇ ਜੈਸਮਿਨ ਸੈਂਡਲਸ ਦੋਨੋਂ ਗਏ ਹੋਏ ਨੇ ਆਪਣੇ ਫਰੈਂਡਸ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਕਰੂਜ਼ ਦੇ ਵਿੱਚ, ਜਿੱਥੇ ਉਹਨਾਂ ਨੇ ਫੋਟੋਜ਼ ਅਤੇ ਵੀਡੀਓਜ਼ ਰਾਹੀਂ ਸਾਡੇ ਨਾਲ ਆਪਣੇ ਬਰਥਡੇ ਸੈਲੀਬ੍ਰੇਸ਼ਨ ਨੂੰ ਸ਼ੇਅਰ ਕੀਤਾ। ਰੋਜ਼ਲੀਨ ਸੈਂਡਲਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਸਿਪ ਸਿਪ ਗਾਣੇ ਦੀ ਡਾਇਰੈਕਸ਼ਨ ਕਰਕੇ। ਸੋ ਇਸ ਫੀਲਡ ਦੇ ਵੱਲੋਂ ਆਪਣੇ ਕਦਮ ਵਧਾ ਚੁੱਕੇ ਨੇ, ਅਤੇ ਉਹਨਾਂ ਨੂੰ ਉਹਨਾਂ ਦੇ ਬ੍ਰਾਈਟ ਫਿਊਚਰ ਦੇ ਲਈ ਬੈਸਟ ਵਿਸ਼ਿਜ਼। ਇਸ ਤੋਂ ਇਲਾਵਾ ਰੋਜ਼ਲੀਨ ਸੈਂਡਲਸ ਆਪਣੇ ਕੂਲ ਸਟਾਈਲ ਅਤੇ ਫੈਸ਼ਨ ਸੈਂਸ ਦੇ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਨੇ। ਉਧਰ ਦੂਜੇ ਪਾਸੇ ਜੇ ਅਸੀਂ ਜੈਸਮਿਨ ਸੈਂਡਲਸ ਦੀ ਗੱਲ ਕਰੀਏ ਤਾਂ ਆਪਣੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੇ ਨੇ। ਜੀ ਹਾਂ, ਚਾਹੇ ਉਹ ਮਾਂ ਦਾ ਪਿਆਰ ਹੋਵੇ, ਚਾਹੇ ਸਿਸਟਰ ਲਵ ਹੋਵੇ, ਅਤੇ ਜਾਂ ਫਿਰ ਹੋਵੇ ਦੋਸਤੀ ਦਾ ਰਿਸ਼ਤਾ। ਵੈਸੇ ਦੋਸਤੀ ਦੇ ਰਿਸ਼ਤੇ ਤੋਂ ਯਾਦ ਆਇਆ ਕਿ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਦੀ ਦੋਸਤੀ ਵੀ ਅੱਜ ਕੱਲ੍ਹ ਕਾਫੀ ਗਹਿਰੀ ਹੁੰਦੀ ਜਾ ਰਹੀ ਹੈ, ਜਿਸ ਦਾ ਸਬੂਤ ਸਾਨੂੰ ਮਿਲਦਾ ਹੈ ਉਹਨਾਂ ਦੀਆਂ ਨਿੱਤ ਦਿਨ ਪੋਸਟ ਕੀਤੀਆਂ ਜਾਣ ਵਾਲੀਆਂ ਸਟੋਰੀਜ਼ ਜਾਂ ਪੋਸਟ ਦੇ ਵਿੱਚੋਂ, ਕਿਉਂਕਿ ਉਹਨਾਂ ਦੀਆਂ 10 ਵਿੱਚੋਂ 5 ਸਟੋਰੀਜ਼ ਵਿੱਚ ਗੈਰੀ ਸੰਧੂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸੋ ਇਸ ਵਾਰ ਜ਼ਿਕਰ ਕੀਤਾ ਹੈ ਉਹਨਾਂ ਦੀ ਸਿਸਟਰ ਰੋਜ਼ਲੀਨ ਸੈਂਡਲਸ ਨੇ, ਯਾਨੀ ਕਿ ਰੋਜ਼ਲੀਨ ਸੈਂਡਲਸ ਜੈਸਮਿਨ ਸੈਂਡਲਸ ਦੀ ਇੱਕ ਸਨੈਪਚੈਟ ਸਟੋਰੀ ਦੇ ਵਿੱਚ ਨਜ਼ਰ ਆਏ ਗੈਰੀ ਸੰਧੂ ਦੇ ਵਾਕਿੰਗ ਸਟਾਈਲ ਦੀ ਨਕਲ ਕਰਦੇ ਹੋਏ। ਸੋ ਜੀ, ਸਾਨੂੰ ਪਤਾ ਲੱਗ ਗਿਆ ਕਿ ਰੁੜਕੇ ਦਾ ਮੁੰਡਾ ਗੈਰੀ ਸੰਧੂ ਗੇੜੀਆਂ ਕਿਵੇਂ ਮਾਰਦਾ ਹੈ। ਖੈਰ ਜੀ, ਇਹ ਮਜ਼ਾਕ ਮਸਤੀ ਤਾਂ ਚੱਲਦੀ ਰਹਿਣੀ ਹੈ, ਅਤੇ ਰੋਜ਼ਲੀਨ ਸੈਂਡਲਸ ਨੂੰ ਉਹਨਾਂ ਦੇ ਬਰਥਡੇ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਵੀ ਆਪਣੀਆਂ ਬਲੈਸਿੰਗਸ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟਸ ਦੇ ਰਾਹੀਂ। ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਗੌਸਿਪਸ ਜਾਣਨ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ gabru.com ਸਬਸਕ੍ਰਾਈਬ ਕਰ ਲੈਣਾ, ਅਤੇ ਹੇਠਾਂ ਦਿੱਤੇ ਹੋਏ ਬੈੱਲ ਆਈਕੋਨ ਨੂੰ ਦਬਾ ਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣਾ, ਤਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਨਿਊਜ਼ ਦੀ ਅਪਡੇਟ ਮਿਲਦੀ ਰਹੇ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।